हमेशा लोकां दे हक्कां दी आवाज़ बुलंद कर अते सरकार दीआं नीतियां ते खास नज़र देखो हर खबर अपडेट पंजाब न्यूज़ ते। पिंड खोजकीपुर जिला जलंधर विच पिंड दीआं औरतां अते लड़कियां वल्लों तीआं दा तिहार बहुत ही धूमधाम नाल मनाया गया। इस मौके ते पिंड दीआं औरतां अते लड़कियां पंजाबी सभ्याचारक पहरावे पा के अते पुराने चरखे अते होर अलोप होई वस्तुआं नूं दर्शाउंदियां दिखाई दित्तियां। इस दौरान औरतां ने सभ्याचारक पुराने गीत गाए अते भंगड़े भी पाए। इस मौके उत्ते प्रिंसीपल मैडम करमजीत कौर ने कहा, सानू अपने सभ्याचार नू नहीं भुलना चाहिदा अते सभ्याचार दी नींह रखण लई सानू तीआं दा तिहार हमेशा मनाउणा चाहिदा है। जा 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 जा
एक जू बेरी दा पाती आयो भी लेंदा हुला रे एक जू बेरी दा पाती आयो भी लेंदा हुला पिछले समय बिजली वालियां मधाणियां नहीं हुंदियां सी हाथ नाल इस तरह दुध रिड़कदे सी। ठीक है। हां जी तुसीं हाथ नाल कटदे आ।
ਹਾਂਜੀ ਇੱਦਾਂ ਬਸ ਪੂਣੀ ਕਰਕੇ ਕੱਤਣਾ ਪਿਛਲੇ ਰਿਵਾਜ਼ ਚ ਬੀਬੀਆਂ ਕੱਟ ਕੱਟ ਕੇ ਖੇਸ ਕੰਬਲ ਦਾ ਬਣਾਉਂਦੇ ਹੁੰਦੇ ਸੀ ਘਰ ਦੇ ਕੁੜੀਆਂ ਨੂੰ ਦਹੇਜ ਵਿੱਚ ਦਿੰਦੇ ਸੀਗੇ ਹਾਂਜੀ ਇਹ ਪਾਣੀ ਹੁਣ ਆਉਂਦਾ ਤੁਹਾਨੂੰ ਇੱਦਾਂ ਹਾਂਜੀ ਨਹੀਂ ਜੀ ਸਾਡੇ ਹਾਂਜੀ ਥੋੜਾ ਚਰਖੇ ਪਹਿਲਾਂ ਬੀਬੀਆਂ ਹੁਣ ਤਾਂ ਚਰਖਾ ਅਲੋਪ ਹੀ ਹੋ ਗਿਆ ਹਾਂਜੀ ਹਾਂਜੀ ਇਹ ਅਸੀਂ ਯਾਦਾਂ ਰੱਖੀਆਂ ਪੁਰਾਣੀਆਂ ਆਪਣੇ ਸਿਆਣਿਆਂ ਦੀਆਂ ਦਾਦੀਆਂ ਪੜਦਾਦੀਆਂ ਦੀਆਂ ਸੱਸਾਂ ਦੀ ਹਾਂਜੀ ਹਾਂਜੀ ਘਰਾਂ ਚੋਂ ਲਿਆਂਦੇ ਆ ਹਾਂਜੀ ਇਹ ਹਾਂਜੀ ਹਾਂਜੀ ਜੇ ਟਰਾਈ ਕਰਾਂਗੇ ਤਾਂ ਥੋੜਾ ਚਿਰ ਰੋਟੀ ਪਕਾ ਸਕਦੇ ਹੋਰ ਕੰਮ ਕਰ ਸਕਦੇ ਇਹ ਵੀ ਸਿੱਖ ਸਕਦੇ ਅਸੀਂ ਹਾਂਜੀ ਇਹਨੂੰ ਕੱਟਣ ਵਾਸਤੇ ਕੀ ਚੀਜ਼ ਦੀ ਪਤਾ ਇਹਨੂੰ ਰੂੰ ਚਾਹੀਦਾ ਆ ਰੂੰ ਕੱਟਣ ਲਈ ਰੂੰ ਦੀਆਂ ਪੂਣੀਆਂ ਕਰਨੀਆਂ ਪਹਿਲਾਂ ਉਹਨੂੰ ਅਟੇਰਦੇ ਸੀ ਰੂੰ ਨੂੰ ਫੇਰ ਉਹਦੇ ਵਿੱਚ ਬੜੇ ਮੇ ਰੂੰ ਬੜੇ ਮੇ ਕਰਦੇ ਸੀ ਆਜੋ ਦੱਸ ਦਿਓ ਕਿੱਦਾਂ ਕਰਦੇ ਸੀ ਤੁਹਾਨੂੰ ਪਤਾ ਆ ਤੁਸੀਂ ਦੱਸ ਦਿਓ ਤੁਹਾਨੂੰ ਪਤਾ ਆ ਦੱਸਦੀ ਭਾਜੀ ਕਿਹਾ ਸੀ ਚਰਖੇ ਦੇ ਨਾਲ ਕੱਤਿਆ ਜਾਂਦਾ ਸੀ ਕੱਤ ਕੇ ਉਹਦੇ ਸੂਤ ਬਣਿਆ ਬਣਾਇਆ ਜਾਂਦਾ ਸੀ ਉਹਨੂੰ ਫਿਰ ਬੀਬੀਆਂ ਟੇਰਦੀਆਂ ਸੀਗੀਆਂ ਟੇਰ ਕੇ ਉਹਨਾਂ ਤੋਂ ਫਿਰ ਕੱਪੜਾ ਤਿਆਰ ਕੀਤਾ ਜਾਂਦਾ ਸੀ ਹਾਂਜੀ ਉਹ ਸਭ ਹਾਂਜੀ ਆਪ ਬਣਾਇਆ ਜਾਂਦਾ ਦਰੀਆਂ ਹਾਂਜੀ ਉਹਨਾਂ ਨੂੰ ਪਿੰਡਾਂ ਵਿੱਚ ਬੁਣਦੇ ਹੁੰਦੇ ਸੀਗੇ ਉਹ ਬੁਣ ਕੇ ਫਿਰ ਖਾਦੀ ਤਿਆਰ ਕੀਤੀ ਜਾਂਦੀ ਸੀ ਤੁਸੀਂ ਕਰ ਸਕਦੇ ਤਿਆਰ ਜੇ ਤੁਹਾਨੂੰ ਚਰਖਾ ਦੇ ਦਈਏ ਨਹੀਂ ਜੀ ਹੁਣ ਬਹੁਤ ਟਾਈਮ ਹੋ ਗਿਆ ਅਸੀਂ ਤਾਂ ਕੀਤੇ ਨਹੀਂ ਸਾਡੀ ਪਰ ਦਾਦੀ ਜੀ ਹੁਣੀ ਕਰਦੇ ਹੁੰਦੇ ਸੀ ਉਹਨਾਂ ਨੂੰ ਅਸੀਂ ਦੇਖਿਆ ਜ਼ਰੂਰ ਹੈਗਾ ਦੇਖਿਆ ਜ਼ਰੂਰ ਆ ਹਾਂਜੀ ਥੋੜ੍ਹਾ ਹੀ ਸਮਾਂ ਹੋਇਆ ਚਰਖਿਆਂ ਅਲੋਪ ਹੋਇਆ ਹਾਂਜੀ ਹਜੇ ਵੀ ਕਈ ਥਾਵਾਂ ਤੇ ਪਿੰਡਾਂ ਵਿੱਚ ਚਰਖਾ ਕੱਤਿਆ ਜਾਂਦਾ ਹੈ ਕੀ ਸਮਾਂ ਪਹਿਲਾਂ ਦਾ ਵਧੀਆ ਸੀਗਾ ਜਾਂ ਅੱਜ ਦਾ ਸਮਾਂ ਵਧੀਆ ਹੈ ਕਿਹੜਾ ਵਧੀਆ ਲੱਗਦਾ ਨਹੀਂ ਜੀ ਪਹਿਲਾਂ ਦਾ ਹੀ ਜਬ ਵਧੀਆ ਸੀਗਾ ਪਹਿਲਾਂ ਦਾ ਜ਼ਿਆਦਾ ਵਧੀਆ ਸੀ ਹਾਂਜੀ ਅਸੀਂ ਇਹਨਾਂ ਦੀ ਦੁਕਾਨਾਂ ਨੇ ਇਹਨਾਂ ਦਾ ਕਿਉਂ ਵਧੀਆ ਲੱਗਦਾ ਸੀ ਕਿਉਂਕਿ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸੀ ਆਪਸ ਵਿੱਚ ਸਾਰੇ ਟੱਬਰ ਇਕੱਠੇ ਹੋ ਜਾਂਦੇ ਸੀ ਅੱਜ ਕੱਲ ਤੇ ਫੋਨਾਂ ਨੇ ਸਭ ਕੁਝ ਅਲੋਪ ਕਰ ਦਿੱਤਾ ਜੀ ਆਪਣੇ ਆਪ ਦੇ ਵਿੱਚ ਟਾਈਮ ਹੈ ਨੀ ਫੋਨਾਂ ਦੇ ਚਲੋ ਹੁਣ ਤੁਸੀਂ ਗੱਲ ਕੀਤੀ ਹੈ ਕਿ ਤੁਹਾਨੂੰ ਫੋਨਾਂ ਤੋਂ ਲੋਸ ਕੀ ਲੱਗਦਾ ਹੈ ਕਿ ਨੁਕਸਾਨ ਕੀ ਲੱਗਦਾ ਅੱਖਾਂ ਖਰਾਬ ਹੁੰਦੀਆਂ ਜੀ ਅੱਜ ਕੱਲ ਇੱਕ ਦੂਜੇ ਨਾਲ ਕੋਈ ਲਿੰਕ ਨਹੀਂ ਹੈਗਾ ਫੋਨ ਤੇ ਹੀ ਆ ਬਸ ਕੋਈ ਗੱਲਬਾਤ ਕਰਨਾ ਕਿਸੇ ਕੋਲ ਟਾਈਮ ਨਹੀਂ ਹੈਗਾ ਫੋਨ ਤੇ ਹੀ ਟਾਈਮ ਹੈ ਜੀ ਫੋਨ ਤੇ ਹੀ ਗੱਲ ਆ ਆਪਸ ਵਿੱਚ ਹਾਂਜੀ ਫੋਨਾਂ ਨੇ ਪਿਆਰ ਮੁਕਾਤਾ ਜੀ ਹਾਂਜੀ ਥੈਂਕ ਯੂ ਕੋਈ ਹੋਰ ਦੱਸ ਸਕਦਾ ਕੋਈ ਚਰਖੇ ਬਾਰੇ ਜਾਂ ਪੁਰਾਣੇ ਸਮੇਂ ਬਾਰੇ ਇਹਦੇ ਨਾਲ ਅਸੀਂ ਮੱਕੀ ਛਾਂਟਦੇ ਆ ਦਾਣੇ ਛਾਂਟਦੇ ਆ ਪੀਣਾ ਕਰਦੇ ਆ ਕਹਿੰਦੇ ਆ ਛਾਂਟਦੇ ਕਿਉਂਕਿ ਬੋਲੀ ਬੋਲੀ ਦਾ ਫਰਕ ਹੁੰਦਾ ਮੈਂ ਮਲਵੈਣ ਆ ਬੋਲੀ ਬੋਲੀ ਦਾ ਫਰਕ ਹੁੰਦਾ ਹਾਂਜੀ ਤੇ ਸਾਡੇ ਛਾਂਟਦੇ ਹੀ ਕਹਿੰਦੇ ਆ ਇੱਧਰ ਛੱਜਦੇ ਕਹਿੰਦੇ ਆ ਹਾਂਜੀ ਹੋਰ ਹੋਰ ਮਤਲਬ ਕੰਮ ਕੀ ਆ ਕਿੰਨਾ ਮਤਲਬ ਕੀ ਬਚਤ ਕੀ ਆ ਇਹਦੇ ਨਾਲ ਆਪਾਂ ਹੁਣ ਤਾਂ ਸਾਨੂੰ ਕਈ ਮਸ਼ੀਨਾਂ ਲਿਆਉਣੀਆਂ ਮਸ਼ੀਨਾਂ ਦੇ ਪੈਸੇ ਦੇਣੇ ਪੈਣੇ ਇਹ ਅੱਗੇ ਇੱਦਾਂ ਸੀਗਾ ਜੀ ਹੁਣ ਮਸ਼ੀਨਾਂ ਚੱਲ ਪਈਆਂ ਤੇ ਪੈਸੇ ਦੇਣੇ ਪੈਂਦੇ ਇਹ ਫ੍ਰੀ ਦਾ ਕੰਮ ਸੀਗਾ ਇਹ ਜਿੱਦਾਂ ਮਰਜ਼ੀ ਐਕਸਰਸਾਈਜ਼ ਤਾਂ ਬੀਬੀਆਂ ਦੀ ਵੱਧ ਹੁੰਦੀ ਅਪਡੇਟ ਪੰਜਾਬ ਡੇਲੀ ਨਿਊਜ਼ ਲਈ ਪੱਤਰਕਾਰ ਦੀਪਕ ਮੱਟੂ ਦੀ ਖਾਸ ਰਿਪੋਰਟ